ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਚਰਨ ਧੂੜ ਗੁਰਮੂਰਤ ਕਰ ਧਿਆਨ ਸਦਾ ਹਜ਼ੂਰ ਆ। ਗੁਰੂ ਦੇ ਕਹਿੰਦੇ ਸਰੂਪ ਦਾ ਧਿਆਨ ਕਰ, ਅਤੇ ਜੇ ਤੇਰਾ ਮਨ ਗੁਰੂ ਚਰਨ ਨਾਲ ਜੁੜ ਜਾਏਗਾ ਫਿਰ ਕਹਿੰਦੇ ਸਦਾ ਹਜ਼ੂਰ ਹੈ। ਅਤੇ ਗੁਰੂ ਮਹਾਰਾਜ ਤਾਂ ਸਦਾ ਹੀ ਫਿਰ ਹਾਜ਼ਰ ਹੀ ਆ, ਕਿਉਂਕਿ ਗੁਰੂ ਵਿਆਪਕ ਸਰੂਪ ਹੈ। ਗੁਰਮੁਖ ਸ਼ਬਦ ਗਿਆਨ ਨੇੜ ਨਾ ਦੂਰ ਹੈ ਕਹਿੰਦੇ ਹੈ। ਕਹਿੰਦੇ ਜਿਨ੍ਹਾਂ ਨੂੰ ਸਤਿਗੁਰਾਂ ਦੁਆਰਾ ਨਾ ਸ਼ਬਦ ਦਾ ਗਿਆਨ ਹੋ ਗਿਆ, ਨੇੜ ਨਾ ਦੂਰ ਹੈ, ਨਾ ਗੁਰੂ ਨਾਲ ਦੇ ਨੇੜੇ ਆ ਨਾ ਦੂਰ ਹੈ। ਕਿਉਂਕਿ ਨੇੜੇ ਦੂਰ ਉਹ ਚੀਜ਼ ਹੁੰਦੀ ਹੈ ਜਿਹੜੀ ਇੱਕ ਦੇਸੀ ਹੋਵੇ। ਪਰਮਾਤਮਾ ਸਰਵਦੇਸੀ ਵਿਆਪਕ ਆ। ਹੁਣ ਸੂਰਜ ਕਹੀਏ ਨੇੜੇ ਆ ਦੂਰ ਆ, ਸੂਰਜ ਤਾਂ ਵਿਆਪਕ ਆ। ਹੁਣ ਉਹ ਦਰਖਤ ਆ, ਇਹਨੂੰ ਨੇੜੇ ਦੂਰ ਕਹਿ ਸਕਦੇ ਹਾਂ, ਪਰ ਜਿਹੜੀ ਚੀਜ਼ ਸਾਰੇ ਵਿਆਪਕ ਆ, ਆਕਾਸ਼ ਸਾਰੇ ਹੀ ਆ, ਉਹਨੂੰ ਨੇੜੇ ਦੂਰ ਕਿਵੇਂ ਕਹਾਂਗੇ? ਅਤੇ ਇਸ ਤਰ੍ਹਾਂ ਪਰਮਾਤਮਾ ਜਿਹੜਾ ਵਿਆਪਕ ਆ, ਨਾ ਨੇੜੇ ਆ ਨਾ ਦੂਰ ਹੈ, ਉਹਨਾਂ ਨੂੰ ਜਰੇ ਜਰੇ ਚਾਹੀਦਾ। ਪੂਰਵ ਲਿਖਤ ਨਿਸ਼ਾਨ ਕਰਮ ਅੰਕੁਰ ਹੈ, ਲੇਕਿਨ ਕਰਮਾਂ ਦਾ ਕਹਿੰਦੇ ਜਿਹੜਾ ਅੰਕੁਰ ਹੈ ਨਾ ਪਿਛਲੇ ਭਾਗਾਂ ਦੇ ਅਨੁਸਾਰ ਪ੍ਰਗਟ ਹੁੰਦਾ। ਪ੍ਰਹਲਾਦ ਸੀ, ਉਹਦੇ ਅੰਦਰ ਜਨਮ ਤੋਂ ਹੀ ਚੀਜ਼ ਪੈਦਾ ਹੋ ਗਈ। ਧਰੂ ਮਾਧਕ ਸੂਰੇ ਜਿਹੜੇ ਸਾਹਿਬਜ਼ਾਦੇ ਆ, ਗੁਰਸੇਵਾ ਪ੍ਰਧਾਨ ਸੇਵਕ ਸੂਰ ਹੈ, ਜਿਹੜਾ ਸੂਰਵੀਰ ਸੇਵਕ ਹੈ ਨਾ ਉਹ ਗੁਰਾਂ ਦੀ ਸੇਵਾ ਕਰਕੇ ਪ੍ਰਧਾਨ ਸ਼੍ਰੋਮਣੀ ਬਣ ਜਾਂਦਾ, ਕਿਉਂਕਿ ਸੇਵਾ ਨਾਲ ਫਿਰ ਸੰਗਤ ਉਹਦਾ ਮਾਣ ਕਰਦੀ ਹੈ। ਪੂਰਨ ਪਰਮ ਨਿਧਾਨ ਸਦ ਭਰਪੂਰ ਹੈ, ਕਹਿੰਦੇ ਪੂਰਨ ਹੈ ਪਰਮ, ਬਹੁਤ ਵੱਡਾ ਨਿਧਾਨ ਖਜ਼ਾਨਾ ਰੂਪੀ ਹੈ, ਸਦ ਭਰਪੂਰ ਹੈ ਅਤੇ ਸਦਾ ਭਰਪੂਰ ਭਰਿਆ ਰਹਿੰਦਾ। ਬਾਕੀ ਖਜ਼ਾਨੇ ਤਾਂ ਉਣੇ ਹੋ ਜਾਂਦੇ ਨੇ, ਸਰਕਾਰਾਂ ਦੇ ਖਜ਼ਾਨੇ ਉਣੇ ਹੋ ਗਏ, ਨਾਲੇ ਕੁਛ ਨਹੀਂ ਹੈ ਖਜ਼ਾਨੇ, ਲੋਕ ਮੁਜ਼ਾਹਰੇ ਕਰਦੇ ਆ, ਤਨਖਾਹਾਂ ਦੇਣ ਨੂੰ ਨਹੀਂ ਹੈ, ਪਰ ਉਹਦੇ ਖਜ਼ਾਨੇ ਭਰੇ ਰਹਿੰਦੇ ਸਦਾ ਹੀ। ਸਾਧ ਸੰਗਤ ਅਸਥਾਨ ਜਗਮਗ ਨੂਰ ਹੈ, ਅਤੇ ਕਹਿੰਦੇ ਸਾਧ ਸੰਗਤ ਦੇ ਅਸਥਾਨ ਵਿੱਚ ਉਹਦਾ ਜਿਹੜਾ ਨੂਰ ਪ੍ਰਕਾਸ਼ ਹੈ ਨਾ ਉਹ ਜਗਮਗ ਜਗਮਗ ਕਰ ਰਿਹਾ, ਹਰ ਥਾਂ ਪ੍ਰਗਟ ਹੋ ਰਿਹਾ। ਲੱਖ ਲੱਖ ਸਸੀਰ ਭਾਨ ਕਿਰਨ ਠਰੂਰ ਹੈ, ਫਿਰ ਅੱਗੇ ਦੱਸਦੇ ਹੈ ਕਿ ਸਤਸੰਗ ਦੇ ਵਿੱਚ ਜਿਹੜਾ ਉਹਦਾ ਨੂਰ ਪ੍ਰਕਾਸ਼ ਹੈ ਉਹਦੇ ਅੱਗੇ ਲੱਖਾਂ ਹੀ ਚੰਦਰਮੇ ਹੈ ਅਤੇ ਸੂਰਜ ਹੈ, ਉਹਦੀਆਂ ਕਿਰਨਾਂ ਠਰੂਰ ਮੈਨੂੰ ਠੰਡੀਆਂ ਪੈ ਜਾਂਦੀਆਂ, ਠੰਡੀਆਂ ਦਾ ਮਤਲਬ ਮਾਤ ਪੈ ਜਾਂਦੀਆਂ। ਲੱਖ ਲੱਖ ਵੇਦ ਪੁਰਾਣ ਕੀਰਤਨ ਚੂਰ ਹੈ,
ਲੱਖਾਂ ਲੱਖਾਂ ਵੇਦ ਆ, ਪੁਰਾਣ ਆ, ਜਿਹੜਾ ਸਤਸੰਗਤ ਦੇ ਵਿੱਚ ਗੁਰੂ ਦਾ ਕੀਰਤਨ ਕਰਨਾ ਨਾ, ਜਸ ਕਰਨਾ, ਚੂਰਮੇ ਨੇ ਉਹ ਵੀ ਉੱਥੇ ਮਾਰ ਮਾਤ ਪੈ ਜਾਂਦਾ, ਕਿਉਂਕਿ ਜਿਹੜਾ ਗੁਰੂ ਦਾ ਜਸ ਹੈ ਇਹਦੇ 'ਚ ਬਹੁਤ ਵੱਡੀ ਤਾਕਤ ਹੈ, ਉਹਨਾਂ ਸੁਰਤੀ ਛੇਤੀ ਜੁੜ ਜਾਂਦੀ ਹੈ। ਭਗਤ ਵਛਲ ਪ੍ਰਵਾਨ ਚਰਣਾ ਧੂਰ ਹੈ, ਕਹਿੰਦੇ ਐਸੇ ਜਿਹੜੇ ਚਰਨ ਧੂੜ ਹੈ ਨਾ, ਉਹ ਭਗਤਾਂ ਦੇ ਜਿਹੜਾ ਪਿਆਰਾ ਪਰਮਾਤਮਾ ਨੂੰ ਉਦੋਂ ਵੇਲੋਂ ਪ੍ਰਵਾਨ ਹੈ। ਵਤਸਲ ਮੈਨੂੰ ਪਿਆਰਾ ਜਿਹੜਾ ਅਤੇ ਚਰਨ ਧੂੜ ਭਗਤਾਂ ਦਾ ਪਿਆਰਾ ਵਾਹਿਗੁਰੂ ਹੈ, ਪਰਮੇਸ਼ੁਰ ਵੱਲੋਂ ਉਹ ਪ੍ਰਵਾਨ ਨਹੀਂ। ਐਸੇ ਸਾਧੂ ਨੇ ਚਰਨ ਧੂੜ ਪ੍ਰਾਪਤ ਕਰਨ ਸੁੱਖ ਹੁੰਦਾ, ਪਰਮੇਸ਼ੁਰ ਨੂੰ ਇਹ ਗੱਲ ਚੰਗੀ ਲੱਗਦੀ ਹੈ। ਧੂੜੀ ਮੱਝਣ ਸਾਧ ਕੇ ਸਾਈਂ ਜੀ ਕਿਰਪਾਲ, ਜਿਹੜੇ ਉਹਨਾਂ ਦੇ ਚਰਨਾਂ ਦੀ ਧੂੜੀ ਹੈ, ਉਹ 'ਚ ਇਸ਼ਨਾਨ ਕਰਨਾ ਅਤੇ ਮਾਲਕ ਵੀ ਖੁਸ਼ ਹੋ ਜਾਂਦਾ ਅਤੇ ਮੇਰੇ ਸੇਵਕਾਂ ਦੀ ਇਹ ਸੇਵਾ ਕਰਦਾ, ਸਤਿਕਾਰ ਕਰਦਾ, ਜਿਵੇਂ ਕਿਸੇ ਦੇ ਪੁੱਤ ਨਾਲ ਪਿਆਰ ਕਰੋ, ਉਹ ਮਾਂ ਪਿਓ ਵੀ ਖੁਸ਼ ਹੁੰਦੇ ਆ ਅਤੇ ਜਿਹੜੇ ਉਹਦੇ ਸੇਵਕ ਆ ਉਹਨਾਂ ਦੀ ਸੇਵਾ ਕਰੀਏ ਉਹ ਖੁਸ਼ ਹੁੰਦਾ। ਗੁਰਸਿੱਖ ਉਹਦੇ ਨਾਲ ਭੇਦ ਆ, ਗੁਰਸਿੱਖ ਸਿੱਖ ਗੁਰ ਦੋਏ ਅਲੱਖ ਲਿਖਾਇਆ। ਗੁਰੂ ਨੇ ਸਿੱਖ ਹੋ ਕੇ ਨਾ, ਸਿੱਖ ਨੇ ਗੁਰੂ ਹੋ ਕੇ ਦੋਹਾਂ ਨੇ ਕੰਮ ਕੀ ਕੀਤਾ, ਅੱਖ ਲੱਖ ਜਿਹੜਾ ਪਰਮੇਸ਼ੁਰ ਨੂੰ ਲਿਖਾ ਦਿੱਤਾ ਜਿਹੜਾ ਉੱਤੋਂ, ਧੰਨ ਗੁਰੂ ਨਾਨਕ ਸਾਹਿਬ ਸੀ, ਗੁਰੂ ਅੰਗਦ ਸਾਹਿਬ ਸੀ, ਗੁਰੂ ਨਾਨਕ ਸਾਹਿਬ ਗੁਰੂ ਸਾਹਿਬ ਸੀ, ਉਹ ਸਿੱਖ ਸੀ ਜਦੋਂ, ਅਤੇ ਗੁਰੂ ਸਿੱਖ ਹੋ ਕੇ, ਗੁਰੂ ਨੇ ਸਿੱਖ ਹੋ ਕੇ, ਸਿੱਖ ਨੇ ਗੁਰੂ ਹੋ ਕੇ, ਦੋਵਾਂ ਨੇ ਕੰਮ ਕੀ ਕੀਤਾ, ਅਲੱਖ ਪਰਮਾਤਮਾ ਨੂੰ ਲਿਖਾ ਦਿੱਤਾ। ਗੁਰਦਇਆ ਲੈ ਸੋਏ ਸਿੱਖ ਸਦਾਇਆ, ਹੁਣ ਅੱਗੇ ਉੱਤਰ ਦਿੰਦੇ ਕਹਿੰਦੇ ਕਿਵੇਂ, ਗੁਰੂ ਨਾਨਕ ਸਾਹਿਬ ਦੀ ਦੀਖਿਆ ਚਾਹੀਦਾ, ਗੁਰ ਦੀਖਿਆ ਲੈ ਸੋਏ, ਗੁਰੂ ਦੀ ਦੇਖਿਆ ਮੈਂ, ਇੱਕ ਤਾਂ ਸਿੱਖਿਆ ਹੁੰਦੀ ਹੈ ਨਾ, ਦੇਖਿਆ ਹੁੰਦੀ ਹੈ, ਗੁਰੂ ਦਾ ਮੰਤਰ ਉਪਦੇਸ਼ ਉਹ ਲੈ ਕੇ, ਗੁਰੂ ਦੀ ਸਿੱਖਿਆ ਲੈ ਕੇ, ਧੰਨ ਗੁਰੂ ਅੰਗਦ ਸਾਹਿਬ ਪਹਿਲੇ ਹੈ ਜਿਹਨੇ ਆਪਣੇ ਉਹਨੂੰ ਸਿੱਖ ਸਦਾਇਆ। ਗੁਰਸਿੱਖ ਇੱਕ ਹੋਏ, ਗੁਰਸਿੱਖ ਇੱਕੋ ਹੋਏ ਜੋ ਗੁਰ ਪਾਇਆ। ਅੱਗੇ ਭਾਈ ਸਾਹਿਬ ਦੱਸਦੇ ਆ ਜਦੋਂ ਕਹਿੰਦੇ ਫਿਰ ਦੇਖਿਆ ਗੁਰੂ ਦੀ ਕਮਾਈ ਕਰ ਲਈ, ਸਿੱਖ ਗੁਰੂ ਨੂੰ ਪਾ ਗਿਆ ਅਤੇ ਗੁਰੂ ਨਾਲ ਇੱਕ ਰੂਪ ਹੋ ਗਿਆ। ਜਿੱਥੇ ਬਚਨ ਦੀ ਸਾਂਝ ਹੈ ਉੱਥੇ ਦੂਜੀ ਗੱਲ ਨਹੀਂ ਨਾ ਰਹਿੰਦੀ, ਕਿਉਂਕਿ ਬਚਨ ਦਾ ਹੀ ਆ, ਘਰਾਂ 'ਚ ਵੀ ਜੇ ਇੱਕ ਦੂਜੇ ਦਾ ਇੱਕ ਦੂਜੇ ਦੀ ਬਚਨ ਦੀ ਮਨੌਤ ਆ, ਕੋਈ ਕਲੇਸ਼ ਨਹੀਂ, ਸੰਗਤ 'ਚ ਵੀ ਮੈਂ ਕਿਤੇ ਵੀ ਚਲੇ ਜਾਓ ਹਰ ਜਗ੍ਹਾ ਸਾਂਝ ਬਚਨ ਦੀ ਹੈ। ਇੱਥੇ ਬਚਨ ਨਹੀਂ ਰਲਦਾ, ਭਾਵੇਂ ਸਾਡੇ ਭੈਣ ਭਰਾ ਹੋਣ, ਪਤੀ ਪਤਨੀ ਆ, ਉਹਨਾਂ ਦੇ ਵੀ ਝਗੜਾ ਸ਼ੁਰੂ ਹੋ ਜਾਂਦਾ, ਪਿਤਾ ਪੁੱਤਰਾਂ 'ਚ ਝਗੜਾ ਸ਼ੁਰੂ ਹੋ ਜਾਂਦਾ,
ਤੇ ਸਾਂਝ ਬਚਨ ਦੀ ਹੈ। ਇਸ ਕਰਕੇ ਫਿਰ ਕਹਿੰਦੇ ਕਿ ਜਿਹੜਾ ਸਿੱਖ ਸੀ ਗੁਰੂ ਨੂੰ ਪਾ ਗਿਆ, ਮਨਜ਼ੂਰ ਹੋ ਗਿਆ, ਅਤੇ ਫਿਰ ਗੁਰੂ ਨਾਲ ਇੱਕ ਰੂਪ ਹੋ ਗਿਆ। ਦੂਜੀ ਗੱਲ ਇਹ ਨਹੀਂ ਰਹਿ ਗਈ। ਹੀਰਾ ਕਣੀ ਪਰੋਏ ਹੀਰ ਵਧਾਇਆ, ਜਿਹੜਾ ਹੀਰਾ ਹੈ ਨਾ, ਹੀਰੇ ਦੀ ਕਣੀ ਨੂੰ ਹੀਰਾ ਬਿੰਨ ਕੇ ਅਤੇ ਪਰੋ ਦਿੱਤਾ, ਕਿਉਂਕਿ ਹੀਰੇ ਨੂੰ ਹੀਰਾ ਹੀ ਬਿੰਨਦਾ, ਹੀਰਾ ਸਖ਼ਤ ਬਹੁਤ ਹੁੰਦਾ ਅਤੇ ਪ੍ਰਕਾਸ਼ ਵੀ ਕਰਦਾ ਹਨੇਰੀ ਰੋਤ, ਇਹ 'ਚ ਇੱਕ ਔਗਣ ਵੀ ਹੈ, ਚੱਟ ਲਓ ਤਾਂ ਬੰਦਾ ਮਰ ਜਾਊਗਾ। ਰਾਜੇ ਲੋਕ ਤਾਂ ਰੱਖਦੇ ਸੀ ਨਾ, ਅਤੇ ਜੇ ਯੁੱਧ 'ਚ ਹਾਰ ਗਏ ਤਾਂ ਦੁਸ਼ਮਣ ਤੰਗ ਕਰੂਗਾ, ਉਹ ਫਿਰ ਚੱਟ ਲੈਂਦੇ ਸੀ। ਜਲ ਤਰੰਗਾ ਵਲੋਏ ਸਲਲ ਸਮਾਇਆ, ਹੀਰੇ ਦੀ ਕਣੀ ਨੇ ਪਰੋ ਕੇ ਹੀਰੇ ਨੂੰ ਬਿੰਨਤਾ, ਵਧਾਇਆ ਮੈਨੇ, ਬਿੰਨ ਦਿੱਤਾ, ਅਵਲੋਏ ਮੈਨੇ ਦੇਖਣਾ। ਜਲ ਤਰੰਗ ਅਵਲੋਏ ਸਲਲ ਸਮਾਇਆ, ਇਹ ਅੱਗੇ ਕਹਿੰਦੇ ਹੈ ਜਿਸ ਤਰ੍ਹਾਂ ਜਲ ਦੀਆਂ ਤਰੰਗਾਂ ਲਹਿਰਾਂ ਨੂੰ ਦੇਖੋ, ਉਹ ਜਲ 'ਚ ਸਮਾ ਜਾਂਦੀਆਂ, ਪਾਣੀ 'ਚੋਂ ਪੈਦਾ ਪਾਣੀ 'ਚ ਸਮਾਈ ਜਾਂਦੀਆਂ। ਇਸ ਤਰ੍ਹਾਂ ਜਿੰਨਾ ਸੰਸਾਰ ਉਹਤੋਂ ਪੈਦਾ ਹੁੰਦਾ ਉਹਦੇ 'ਚ ਸਮਾ ਰਿਹਾ, ਸਲਲ ਸਮਾਇਆ, ਪਾਣੀ ਜਿਹੜਾ ਪਾਣੀ ਦੇ ਵਿੱਚ ਸਮਾ ਜਾਂਦੇ ਹਾਂ। ਜੋਤੀ ਜੋਤ ਸਮੋਏ ਦੀਪ ਦੀ ਪਾਇਆ, ਜਿਵੇਂ ਕਹਿੰਦੇ ਦੀਵੇ ਤੋਂ ਦੀਵਾ ਜਗ ਕੇ ਨਾ ਉਹਦੀ ਜੋਤ 'ਚ ਸਮਾ ਜਾਂਦਾ। ਉਹ ਅਚਰਜ ਅਚਰਜ ਢੋਏ ਚਲਤ ਬਣਾਇਆ, ਕਹਿੰਦੇ ਅਚਰਜ ਤੋਂ ਅਸਤਰ, ਐਸੇ ਜਿਹੜੇ ਕਾਰਨ ਹੈ ਇਹਨਾਂ ਦੇ ਨਾਲ, ਹਾਂਜੀ, ਬੜਾ ਕੌਤਕ ਚਲਿੱਤਰ ਕੌਤਕ ਰਚ ਦਿੱਤਾ, ਬੰਦਾ ਅਸਚਰਜ ਹੋ ਜਾਂਦਾ। ਇਹ ਸੈਂਸ ਦੇ ਕਰਿਸ਼ਮੇ ਦੇਖ ਕੇ ਲੋਕ ਹੈਰਾਨ ਹੋ ਜਾਂਦੇ ਆ, ਅਤੇ ਜਿਹੜੇ ਪਰਮਾਤਮਾ ਦੇ ਕਰਿਸ਼ਮੇ ਆ ਉਹ ਤਾਂ ਕੋਈ ਹਿਸਾਬ ਕਿਤਾਬ ਹੀ ਨਹੀਂ। ਹੁਣ ਦੇਖੋ ਨਾ, ਅੱਗੇ ਕੋਈ ਸਿੱਧੀ ਕਰਦਾ ਸੀ ਸਿੱਧ ਇਹ ਘੁੜ ਜਾਂਦਾ ਸੀ, ਅਤੇ ਹੁਣ ਸਾਇੰਸਦਾਨਾਂ ਨੇ ਚਲੋ ਜਹਾਜ਼ ਬਣਾਇਆ, ਹਜ਼ਾਰਾਂ ਬੰਦੇ ਉੜੇ ਫਿਰਦੇ ਨੇ, ਤਾਂ ਨਹੀਂ ਇੱਥੇ ਚਾਹ ਪੀ ਲਓ, ਉੱਥੇ ਆ ਰੋਟੀ ਖਾ ਲਓ, ਨਹੀਂ ਮਾਇਆ ਦੀ ਖੇਡ ਆ, ਭਾਵੇਂ ਰੋਜ਼ਾਨਾ ਆਈ ਜਾਈ ਜਾਓ। ਅਤੇ ਜਿਹੜੇ ਰਾਕਟ ਆ ਇਹਨਾਂ ਨੇ ਕਹਿ ਲਓ ਪੀ ਲਿਆ, ਅਤੇ ਸਾਰੀ ਲਾਈਟ ਦੀ ਰਫਤਾਰ ਦਾ ਕੋਈ ਹਿਸਾਬ ਹੀ ਨਹੀਂ। ਹੁਣ ਬਲੈਕ ਫੋਨ ਦਾ ਨੰਬਰ ਰੱਖਦੇ ਆ ਇੱਥੇ ਆ ਜਾਂਦਾ, ਉਹ ਸਰਜ ਲਾਈਟ ਨਹੀਂ ਜਾਂਦਾ। ਅਤੇ ਜਿਹੜਾ ਉਹ ਪਰਮੇਸ਼ਰ ਆ ਜਿਹਨੇ ਬੁੱਧੀ ਦਿੱਤੀ ਆ ਉਹ ਕਿੰਨਾ ਕੁ ਦੇਖ ਕੇ ਆਪਾਂ ਹੈਰਾਨ ਹੁੰਦੇ ਲਵੇ, ਸਾਇੰਸ ਵਾਲਿਆਂ ਨੇ ਕੈਸੀਆਂ ਦੀਆਂ ਚੀਜ਼ਾਂ ਕਰ ਦਿੱਤੀਆਂ, ਕੈਮਰੇ ਆ ਕੰਧ ਦੇ ਵਿੱਚ ਹੀ ਫੋਟੋ ਖਿੱਚ ਲੈਂਦੇ ਆ, ਐਕਸਰੇ ਆ, ਅੱਜ ਕੱਲ੍ਹ ਮਸ਼ੀਨਾਂ ਸਰੀਰ 'ਚੋਂ ਬਿਮਾਰੀ ਦੱਸ ਦਿੰਦੀਆਂ, ਅਤੇ ਕਿੰਨੇ ਕਿੱਥੇ ਕੀ ਹੈਗਾ। ਪਰ ਇਹ ਹੈ, ਇਹ ਆਤਮਾ ਦੀ ਫੋਟੋ ਨਹੀਂ ਖਿੱਚਦੀ, ਸਰੀਰ ਬਾਰੇ ਹੈ। ਅੱਗੇ ਦੱਸਦੇ
ਦੁੱਧੋਂ ਦਹੀਂ ਬਲੋਏ ਘਿਓ ਕਢਾਇਆ। ਜਿਵੇਂ ਦੁੱਧੋਂ ਦਹੀਂ ਹੈ, ਦਹੀਂ ਨੂੰ ਰਿੜ ਕੇ ਘਿਓ ਕੱਢ ਲਈਦਾ। ਦੇਖ ਲਓ ਮੱਝਾਂ ਗਾਈਆਂ ਘਾਹ ਫੂਸ ਹੀ ਖਾਂਦੀਆਂ, ਜੋ ਦੇਖ ਲਓ ਵੀ ਦੁੱਧ ਕਿਹੋ ਜਿਹੀ ਚੀਜ਼ ਪੈਦਾ ਹੋਈ ਜਾਂਦੀ ਹੈ ਰੱਬ ਦੇ ਆਗੇ। ਉੱਥੇ ਬੰਦੇ ਨੇ ਕੀ ਕੀਤਾ, ਸਾਇੰਸ ਵਾਲੇ ਨੇ ਕੀ ਕੀਤਾ, ਨਹੀਂ ਹੁਣ ਉਵੇਂ ਘਾਹ ਨੂੰ ਪੀੜੀ ਦੇ ਨਿਕਲਦਾ ਪਿੱਛੋਂ ਕੋਈ, ਅਤੇ ਉਹ ਦੇਖ ਲਓ ਆ ਤੂੜੀ ਤਾੜੀ ਭੋ ਪਾ ਰੁੱਖਾਂ ਮਿਸਾ ਖਾਂਦੇ ਆ, ਅਤੇ ਉਹਨਾਂ ਨੂੰ ਰੁੱਖਾਂ ਮਿਸਾ ਹਜ਼ਮ ਕਿਵੇਂ ਹੁੰਦਾ ਕਿਸ ਤਰ੍ਹਾਂ, ਅਤੇ ਕੌਤਕ ਉਹਦੇ ਆਸ਼ਚਰਜ ਜੀ ਦੁੱਧ ਵਿੱਚ ਘਿਓ ਦੇਖ ਲਓ ਹੈਗਾ। ਬਲੋਏ ਮੈਨੇ ਰਿੜ ਕੇ ਘਿਓ ਕਰ ਲਿਆ, ਇੱਕ ਚਾਨਣ ਅਤੇ ਲੋਏ ਪ੍ਰਗਟੀ ਆਇਆ। ਕਹਿੰਦੇ ਇੱਕੋ ਚਾਨਣ ਨਿਰੰਕਾਰ ਦਾ ਗਿਆਨ ਦਾ ਤਿੰਨਾਂ ਲੋਕਾਂ 'ਚ ਇਸ ਤਰ੍ਹਾਂ ਪ੍ਰਗਟ ਹੋ ਜਾਂਦਾ। ਹੁਣ ਇਹ ਦੱਸਿਆ ਕਿ ਜਿਹੜੇ ਅਸੂਲ ਆ ਜਾਂ ਨਿਯਮ ਆ ਉਹਨਾਂ ਬਾਰੇ ਦੱਸਿਆ ਕਿ ਦਸ ਪਾਤਸ਼ਾਹੀਆਂ ਦਾ ਪਰਸਪਰ ਜਿਹੜਾ ਆਪਸ ਸੰਬੰਧ ਆ ਉਹ ਦੱਸਿਆ, ਅਤੇ ਇੱਕੋ ਹੀ ਜੋਤ ਆ, ਫਰਕ ਨਹੀਂ ਕੋਈ ਵੀ ਹੈ। ਉੱਪਰਲੇ ਭਾਵ ਪਰ ਦੱਸਦੇ ਸਤਿਗੁਰ ਨਾਨਕ ਦਿਓ ਗੁਰਾਂ ਗੁਰ ਹੋਇਆ। ਸਤਿਗੁਰੂ ਗੁਰੂ ਨਾਨਕ ਸਾਹਿਬ ਦਿਓ ਪ੍ਰਕਾਸ਼ ਰੂਪ ਆ, ਹਾਂਜੀ, ਅਤੇ ਗੁਰਾਂ ਦੇ ਗੁਰੂ ਹੋਏ ਆ। ਜਿੱਥੇ ਵੀ ਗਏ ਆ ਸਾਰਿਆਂ ਨੂੰ ਉਹਨਾਂ ਨੂੰ ਗੁਰੂ ਹੀ ਮੰਨਿਆ, ਗੁਰੂ ਅਵਤਾਰ ਹੋਏ ਨੇ। ਕੋਈ ਨੇਤਾ ਉਤਾਰਿਆ, ਕੋਈ ਨਵੇਤਿਆ, ਕੋਈ ਅੰਸਾ ਉਤਾਰਿਆ, ਕੋਈ ਪੂਰਨ ਕਹਿੰਦੇ, ਬਾਕੀਆਂ ਨੇ ਗੁਰੂ ਵੀ ਧਾਰੇ, ਪਰ ਗੁਰਾਂ ਦੇ ਗੁਰੂ ਹੋਏ। ਅੰਗਦ ਅਲਖ ਪਿਓ ਸਹਿ ਸਮੋਇਆ। ਫਿਰ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਕਹਿੰਦੇ ਤੁਹਾਨੂੰ ਗੁਰੂ ਅੰਗਦ ਸਾਹਿਬ ਜਿਨ੍ਹਾਂ ਨੇ ਸ਼੍ਰੀ ਗੁਰੂ ਅੰਗਦ ਸਾਹਿਬ ਨੂੰ ਅਲੱਖ ਅਤੇ ਅਪੇਵ ਵਾਹਿਗੁਰੂ ਦੇ ਨਿਰੰਕਾਰ ਦੇ ਅੰਦਰ ਸਹਿਜ ਪਦ ਜਿਹੜਾ ਸੀ ਦਿੱਤਾ, ਅਤੇ ਉਹਦੇ 'ਚ ਸੰਭਾਲ ਦਿੱਤਾ, ਉਹਦੇ 'ਚ ਅਭੇਦ ਕਰਤਾ, ਉਹਨਾਂ ਨੇ ਗਿਆਨ ਦੇ ਕੇ ਪਰਮਾਤਮਾ 'ਚ ਅਭੇਦ ਕਰਤਾ। ਅੰਮ੍ਰਿਤੋ ਅੰਮ੍ਰਿਤ ਸਿਮਿਓ ਅਲੱਖ ਲਖਾਇਆ ਫਲ ਹੋਇਆ। ਅਤੇ ਸ਼੍ਰੀ ਗੁਰੂ ਅਮਰਦਾਸ ਸਾਹਿਬ ਜਿਹੜੇ ਸੀ, ਹਾਂਜੀ, ਉਹ ਫਿਰ ਅਮਰ ਕੌਣ, ਮੌਤ ਤੋਂ ਰਹਿਤ ਪਰਮਾਤਮਾ ਹੀ ਨੇ। ਗੁਰੂ ਅੰਗਦ ਸਾਹਿਬ ਜੀ ਨੇ ਸ਼੍ਰੀ ਗੁਰੂ ਅਮਰਦਾਸ ਨੂੰ ਅਮਰ ਨਿਰੰਕਾਰ ਵਿੱਚ ਸਮਾ ਕੇ ਅਲੱਖ ਜਿਹੜਾ ਲਖਿਆ ਨਹੀਂ ਜਾਂਦਾ ਉਹਨੂੰ ਲਿਖਾ ਦਿੱਤਾ, ਉਹਨੂੰ ਜਣਾ ਦਿੱਤਾ। ਰਾਮ ਨਾਮ ਰਖਿਓ ਅੰਮ੍ਰਿਤ ਚੋਇਆ। ਰਖਿਓ ਮੈਨੇ ਪ੍ਰੇਮ। ਅੱਗੇ ਦੱਸਦੇ ਆ ਕਿ ਸ਼੍ਰੀ ਗੁਰੂ ਰਾਮਦਾਸ ਜੀ ਨੇ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਸ਼੍ਰੀ ਗੁਰੂ ਅਮਰਦਾਸ ਜੀ ਨੇ ਰਖਿਓ ਮੈਨੇ ਪ੍ਰੇਮ ਦੇ ਪਿਆਲੇ ਦਾ ਅੰਮ੍ਰਿਤ ਚੋਇਆ। ਜਿਹੜੇ ਫਲ ਪੱਕ ਜਾਂਦਾ ਨਾ ਉਹ ਜੋ ਰਸ ਚੋਣ ਲੱਗ ਪੈਂਦਾ ਨਾ, ਜਦੋਂ ਬੰਦੇ ਦੀ ਅਵਸਥਾ ਪਰਿਪੱਕ ਹੁੰਦੀ ਹੈ ਅਤੇ ਫਿਰ ਇਹਦੇ ਅੰਦਰੋਂ ਵੀ ਅੰਮ੍ਰਿਤ ਚੋਂਦਾ, ਵਚਨਾਂ 'ਚ ਵੀ ਅੰਮ੍ਰਿਤ ਆ, ਦ੍ਰਿਸ਼ਟੀ 'ਚ ਵੀ ਅੰਮ੍ਰਿਤ ਆ। ਗੁਰ ਅਰਜਨ ਕਰ ਸਿਓ ਟੋਏ ਟੋਇਆ।
ਤਾਂ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ, ਹਾਂਜੀ, ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ, ਗੁਰੂ ਅਰਜਨ ਦੇਵ ਜੀ ਨੇ ਸੇਵਾ ਕੀਤੀ, ਗੁਰੂ ਰਾਮਦਾਸ ਵੱਲੋਂ ਦਾਤ ਦਿੱਤੀ ਹੈ ਅਤੇ ਉਹਨਾਂ ਨੇ ਫਿਰ ਉਹਨੂੰ ਨਵਾਜ ਦਿੱਤਾ। ਟੋਏ ਟੋਇਆ ਮੈਨੂੰ ਦਾਤ ਨਾਲ ਨਵਾਜਿਆ, ਦਾਤ ਨੂੰ ਵਡਿਆਏਗਾ। ਗੁਰ ਹਰਗੋਬਿੰਦ ਅਮਿਓ ਅਮਿਓ ਬਲੋਇਆ। ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼ਬਦ ਅੰਮ੍ਰਿਤ ਜਿਹੜਾ ਸੀ ਰਿੜਕਿਆ, ਅਤੇ ਗੁਰੂ ਅਰਜਨ ਸਾਹਿਬ ਕਿਰਪਾ ਨਾ ਅਮਿਓ ਮੈਨੇ ਜਿਹੜਾ ਆਗਾਧ ਰੂਪ ਹੋ ਗਿਆ, ਜਿਨ੍ਹਾਂ ਦੀ ਕੋਈ ਥਾਂ ਨਹੀਂ ਪਾਈ ਜਾਂਦੀ। ਅੰਮ੍ਰਿਤ ਨੂੰ ਬਲੋਇਆ ਮੈਨੇ ਰਿੜਕਿਆ, ਸੱਚਾ ਸੱਚ ਸੁਚਿਓ ਸੱਚ ਖਲੋਇਆ। ਫਿਰ ਅੱਗੇ ਭਾਈ ਸਾਹਿਬ ਦੱਸਦੇ ਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੱਚੇ ਅਕਾਲ ਪੁਰਖ ਦਾ ਸੱਚ ਜਿਹੜਾ ਸੀ ਇਹਨਾਂ ਅਤੇ ਸੁੱਚਿਆਂ ਦੀ ਕਿਰਪਾ ਕਰਕੇ ਸੱਚਮੁੱਚ ਸਿੱਖਾਂ ਦੇ ਹਿਰਦੇ ਵਿੱਚ ਹਾਂਜੀ ਖਲੋ ਗਿਆ। ਸੱਚਾ ਸੱਚ ਸੁਚਿਓ, ਜਿਹੜਾ ਸੱਚਾ ਸੱਚ ਸਰੂਪ ਸੀ, ਸੁਚਿਓ ਪਵਿੱਤਰ ਰੂਪ ਸੀ, ਸੱਚ ਲਈ ਖਲੋ ਗਿਆ। ਇਹ ਜੇ ਧਰਮ ਯੁੱਧ ਲੜੇ ਆ, ਆ ਜਾਓ ਵੀ ਫਿਰ ਸੱਚ 'ਤੇ ਖਲੋ ਹਨ ਅਤੇ ਦੱਸਤਾ ਕਿ ਉਹ ਧਰਮ ਦੀ ਨਹੀਂ, ਧਰਮ ਦੀ ਜਿੱਤ ਹੁੰਦੀ ਹੈ, ਸੱਚ ਦੀ ਜਿੱਤ ਹੁੰਦੀ ਹੈ। ਆਤਮ ਅਗੈ ਅਗਹਿਓ ਸ਼ਬਦ ਪਰੋਇਆ, ਗੁਰਮੁਖ ਅਪਾਰ ਪਰਿਓ ਪਰਮ ਪੱਖ ਹੋਇਆ। ਫਿਰ ਅੱਗੇ ਭਾਈ ਸਾਹਿਬ ਕਹਿੰਦੇ ਆ ਕਿ ਸੱਚ ਅਕਾਲ ਪੁਰਖ ਜਿਹੜਾ ਸੱਚ ਸੀ ਨਾ, ਅਤੇ ਸੁੱਚਿਆਂ ਦੀ ਕਿਰਪਾ ਕਰੇ, ਹਾਂਜੀ, ਅਤੇ ਸੱਚਮੁੱਚ ਸਿੱਖਾਂ ਦੇ ਹਿਰਦੇ 'ਚ ਖਲੋ ਗਿਆ। ਸਿੱਖ 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 ਜਿਹੜੇ ਸੀ ਉਹਨਾਂ 'ਚ ਵੀ ਇੰਨੀ ਮਾਰਨ ਕਲਾ ਰੱਖਤੀ, ਉਹ ਸੱਚ ਲਈ ਖੜ ਗਏ। ਇਹ ਨਹੀਂ ਦੇਖਿਆ ਵੀ ਫੌਜਾਂ ਲੱਖਾਂ ਗਿਣਤੀ ਦੇ ਸਿੱਖ ਸੀਗੇ, ਉਹਨਾਂ ਦੀ ਬਰਕਤ ਇੰਨੀ ਰੱਖੀ ਵੀ ਲੱਖਾਂ ਫੌਜਾਂ ਨੂੰ ਸ਼ਿਕਸ਼ ਦਿੱਤੀ, ਧਰਮ ਦੀ ਜਿੱਤ ਹੋਈ। ਜਿਹਨਾਂ ਨੂੰ ਕਹਿੰਦੇ ਆਤਮ ਮਨ ਨੂੰ ਅਗਾਧ ਸ਼ਬਦ, ਜਿਹੜਾ ਡੂੰਘੇ ਵਿਚਾਰ ਵਾਲਾ ਸ਼ਬਦ ਆ, ਨਾਲ ਕਹਿੰਦੇ ਸਤਿਗੁਰਾਂ ਨੇ ਪੂਰੇ ਕਰ ਦਿੱਤਾ ਬਰਕਤ ਸ਼ਬਦ ਦੀ ਦੇ ਕੇ। ਆਤਮ ਅਗ ਹੈ, ਅਗ ਹੈ ਉਹ ਸ਼ਬਦ ਪਰੋਇਆ, ਜਿਹੜੀ ਆਤਮ ਇੱਥੇ ਮਨ ਆ, ਅਤੇ ਮਨ ਜਿਹੜਾ ਹੈ ਅਗ ਹੈ ਉਹ ਮੈਨੇ ਅਗ ਹੈ, ਜਿਹੜਾ ਪਕੜ ਵਿੱਚ ਨਹੀਂ ਆਉਂਦਾ, ਹਾਂਜੀ, ਅਤੇ ਉਹਨਾਂ ਗੁਰਮੁਖਾਂ ਨੇ ਉਹਨੂੰ ਵੀ ਕਾਬੂ ਕਰ ਲਿਆ, ਸ਼ਬਦ ਪਰੋਇਆ, ਸ਼ਬਦ ਨਾਲ ਪਰੋਇਆ ਗਿਆ। ਸ਼ਬਦ ਨਾਲ ਮਨ ਕਾਬੂ ਆਉਂਦਾ, ਇਸ ਕਰਕੇ ਜਿਹੜਾ ਇਹ ਮਨ ਨੂੰ ਨਾ ਗੁਰੂ ਦੇ ਸ਼ਬਦ ਨਾਲ ਸਤਿਗੁਰਾਂ ਨੇ ਪੂਰਾ ਕਰਤਾ, ਪਰੋ ਦਿੱਤਾ, ਕਾਬੂ ਕਰ ਲਿਆ। ਇਹਨਾਂ ਗੁਰਮੁਖਾਂ ਨੇ ਨਾ ਭਰੇ ਜਾਣ ਵਾਲੇ ਹਿਰਦਿਆਂ ਨੂੰ ਗੁਰੂ ਸ਼ਬਦ ਨਾਲ ਭਰ ਕੇ ਸੰਸਾਰ ਦਾ ਜਿਹੜਾ ਪਰਮ ਡਰ ਦੂਰ ਕਰਤਾ। ਗੁਰਮੁਖ ਭਰ ਭਰਿਓ, ਗੁਰਮੁਖਾਂ ਨੇ ਹਾਂਜੀ, ਅਤੇ ਮਨ ਉਵੇਂ ਤਾਂ ਭਰਦਾ ਨਹੀਂ, ਰੱਜਦਾ ਨਹੀਂ,
ਜਦੋਂ ਸੰਤੋਖ ਆ ਗਿਆ, ਸ਼ੁਭ ਗੁਣ ਆ ਗਿਆ, ਪਰਮ ਭਰ ਗਿਆ, ਸੰਤੁਸ਼ਟ ਹੋ ਗਿਆ, ਪਰਮ ਭਉ ਖੋਇਆ। ਪਰਮ ਅਤੇ ਭਉ ਜਿਹੜਾ ਡਰ ਸੀ ਉਹ ਖੋਇਆ, ਨਾਸ ਕਰ ਦਿੱਤਾ। ਗੁਰਮੁਖਾਂ ਨਾਲ ਭਰੇ ਜਾਣ ਵਾਲੇ ਹਿਰਦਿਆਂ ਨੂੰ ਸਤਿਗੁਰਾਂ ਦੇ ਸ਼ਬਦ ਨਾਲ ਭਰ ਕੇ ਸੰਸਾਰ ਦਾ ਜਿਹਨਾਂ ਭਰਮ ਭੁਲੇਖਾ ਸੀ ਉਹ ਦੂਰ ਕਰ ਦਿੱਤਾ। ਗੁਰਮੁਖ ਸਾਧ ਸੰਗਤ ਪਉ ਪਾਓ ਸਹਿਜ ਵੈਰਾਗ ਹੈ। ਸਾਧ ਸੰਗਤ 'ਚ ਗੁਰਮੁਖ ਲੋਕ ਜਿਹੜੇ ਨੇ ਪਉ ਡਰ ਅਤੇ ਭਾਉ ਪ੍ਰੇਮ ਰੱਖਦੇ, ਸਹਿਜੇ ਸੁਤੇ ਸਿੱਧੇ ਬਰਾਗੀ ਰਹਿੰਦੇ ਆ। ਮੁੰਡੇ ਹਰ ਵੇਲੇ ਬਰਾਗ ਰਹਿੰਦਾ ਉਹਨਾਂ ਨੇ, ਗੁਰੂ ਚਰਨਾਂ ਨਾਲ ਜੁੜੇ ਰਹਿੰਦੇ, ਗੁਰੂ ਦਾ ਡਰ ਵੀ ਰੱਖਦੇ ਆ, ਪ੍ਰੇਮ ਵੀ ਰੱਖਦੇ। ਕਿਉਂ ਡਰ ਤੋਂ ਬਿਨਾਂ ਬੰਦਾ ਮਾੜੇ ਪਾਸੋਂ ਬਚਦਾ ਨਹੀਂ, ਪ੍ਰੇਮ ਤੋਂ ਬਿਨਾਂ ਕੋਈ ਮੰਜ਼ਿਲ ਨਹੀਂ ਮਿਲਦੀ। ਗੁਰਮੁਖ ਸਹਿਜ ਸੁਭਾਅ ਉਹ ਸੁਰਤ ਸੋ ਜਾਗਦਾ ਹੈ। ਗੁਰਮੁਖ ਸਹਿਜ ਸੁਭਾਅ ਸੁਰਤੀ ਜਾਗਦੇ ਰਹਿੰਦੇ ਆ। ਹਾਂਜੀ, ਭਾਵ ਸੁਰਤ ਸ਼ਬਦ ਵਿਖੇ ਜੁੜੀ ਰਹਿੰਦੀ ਹੈ। ਅਤੇ ਆਪਣੇ ਬਾਬਾ ਜੀ ਹੁੰਦੇ ਹਰ ਭਜਨ ਕਰਦੇ ਰਹਿੰਦੇ, ਉਹ ਜਿਹੜੇ ਲੇਟਣਾ ਵੀ ਨਹੀਂ, ਅੱਧੀਆਂ ਅੱਖਾਂ ਖੁੱਲ੍ਹੀਆਂ ਹੋਣੀਆਂ, ਮਤਲਬ ਜਿਵੇਂ ਆਪਣੇ ਜਾਗਦੇ ਭਜਨ ਕਰਦੇ ਰਹਿ। ਇੱਕ ਵਾਰੀ ਚੋਰ ਘੋੜੀ ਖੋਲ੍ਹਣਾ ਹੋਇਆ, ਉਹਨੂੰ ਦੇਖ ਵੀ ਕਿਤੇ ਜਾਗਦੇ ਆ ਭੱਜ ਗਏ। ਅਤੇ ਜਿਹੜੇ ਗੁਰਮੁਖ ਆ ਉਹਨਾਂ ਦਾ ਸੋਣਾ ਵੀ ਇਸ ਤਰ੍ਹਾਂ ਹੀ। ਸੁਤੇ ਸਿੱਧੇ ਸੁਰਤੀ ਜਿਹੜੀ ਉਹਨਾਂ ਦੀ ਨਾ, ਉਹ ਸੁਰਤ ਜਾਗਦੇ ਰਹਿੰਦੇ, ਭਾਵ ਸ਼ਬਦ ਨਾਲ ਸੁਰਤੀ ਜੁੜੀ ਰਹਿੰਦੀ ਹੈ। ਸੁਰਤ ਸ਼ਬਦ ਨਾਲ ਜੁੜੀ ਰਹਿੰਦੀ, ਸ਼ਬਦ ਨਾਲ ਟੁੱਟਦੀ ਨਹੀਂ। ਮਧੁਰ ਵਚਨ ਲਾਭ ਹੋਮੇ ਤਿਆਗ, ਮਧੁਰ ਵਚਨ ਅਲਾਓ ਅਲਾਪਚਾਰੀ ਕਰਦੇ ਬੋਲਦੇ, ਹੋਮੇ ਨੂੰ ਤਿਆਗ ਦਿੰਦੇ। ਸਤਿਗੁਰ ਮਤ ਪਰਥਾਓ ਸਦਾ ਨਿਰਾਗ, ਫਿਰ ਸਤਿਗੁਰਾਂ ਦੀ ਮਤ ਦੇ ਮੁਤਾਬਕ ਨਾ ਅਨੁਰਾਗ ਪ੍ਰੇਮ ਕਰਦੇ ਆ। ਐਵੇਂ ਦਿਖਾਏ ਵਾਲਾ ਨਹੀਂ ਕਰਦੇ ਹੈਗੇ। ਪਰਥਾਓ ਮੈਨੇ ਅਨੁਸਾਰ, ਆਸਰੇ, ਅਨੁਕੂਲ, ਅਲਾਓ ਹੁੰਦਾ ਬੋਲਣਾ। ਸਦਾ ਅਨੁਰਾਗ, ਸਦਾ ਪ੍ਰੇਮ ਵਿੱਚ ਹੀ ਬਚਨ ਕਰਦੇ ਆ। ਗੁਰੂ ਦੀ ਮਤ ਦੇ ਪਰਥਾਓ ਮੈਨੇ ਅਨੁਸਾਰ ਬਚਨ ਬੋਲਦੇ ਆ, ਆਪਣੀ ਮਰਜ਼ੀ ਮੁਤਾਬਕ ਨਹੀਂ। ਪਿਰਮ ਪਿਆਲੇ ਸਾਉ ਮਸਤਕ ਭਾਗ ਹੈ। ਫਿਰ ਦੱਸਦੇ ਹੈ ਕਿ ਜਿਹੜਾ ਨਿਰੰਕਾਰ ਹੈ ਨਾ, ਉਹਦੇ ਪਿਆਲੇ ਦਾ ਸਾਉ ਸਵਾਦ ਉਹਨਾਂ ਨੂੰ ਆਇਆ। ਮਸਤਕ ਭਾਗ ਜਿਹਨੂੰ ਮੱਥੇ ਦੇ ਭਾਗ ਹੈ, ਉਹ ਜਿਹੜਾ ਪਿਰਮ ਪਿਆਲਾ ਪਿਆਰੇ ਦਾ ਪ੍ਰੇਮ ਪਿਆਲਾ ਨਾ, ਸਾਉ ਉਹਦਾ ਸਵਾਦ ਆ ਗਿਆ। ਇਹਨਾਂ ਨੂੰ ਜਿਹਨੇ ਮੱਥੇ ਦੇ ਭਾਗ ਹੈ। ਬ੍ਰਹਮ ਜੋਤ ਬ੍ਰਹਮਾਓ ਗਿਆਨ ਚਿਰਾਗ ਹੈ। ਕਿ ਬ੍ਰਹਮ ਜੋਤ ਕਰਕੇ ਬ੍ਰਹਮਾਦਿਕਾਂ ਨੂੰ ਵੀ ਗਿਆਨ ਦੇ ਚਿਰਾਗ ਦੀਵੇ ਦੇਣ ਵਾਲੇ ਹੋ ਗਏ। ਭਾਵ ਜਿਹੜੇ ਵੱਡੇ ਲੋਕ ਆ ਉਹਨਾਂ ਨੂੰ ਚਿਰਾਗ ਦੀਵੇ ਮੈਨੂੰ ਪ੍ਰਕਾਸ਼ ਦੇਣ ਵਾਲੇ ਬਣ ਗਏ, ਮਾਇਆ ਮਮਤਾ ਤੋਂ ਉੱਪਰ ਨਿਕਲ ਗਏ।
ਅੰਤਰ ਗੁਰਮੁਖ ਚਾਵਲ ਲਿਪਤ ਅਦਾਗ ਹੈ। ਅੰਦਰ ਗੁਰੂ ਦੀ ਮਤ ਕਰਕੇ ਬੜਾ ਚਾਅ ਰਹਿੰਦਾ, ਬੜਾ ਸ਼ੌਕ ਆਨੰਦ ਬਣਿਆ ਰਹਿੰਦਾ। ਇਸ ਵਾਸਤੇ ਮਾਇਆ ਤੋਂ ਨਿਰਲੇਪ ਹੋ ਜਾਂਦੇ ਹੈ, ਵਿਸ਼ਿਆਂ ਤੋਂ ਬੇਦਾ ਆ ਗਿਆ, ਵਿਸ਼ੇ ਵਿਕਾਰਾਂ ਤੋਂ ਵੀ ਬਚੇ ਰਹਿੰਦੇ ਹੈ। ਵਿਸ਼ੇ ਵਿਕਾਰ ਬੰਦੇ ਦੇ ਜੀਵਨ ਨੂੰ ਦਾਗੀ ਬਣਾਉਂਦੇ ਨੇ, ਇਹਨਾਂ ਤੋਂ ਬਚੇ ਰਹਿੰਦੇ ਹੈ। ਵੀਹ ਕੀ ਚੜਾਓ ਸਦਾ ਸੁਹਾਗ ਹੈ, ਇਹ ਵੀਹਵੇਂ ਸਵੇ, ਇਹ ਜਿਹੜਾ ਸੰਸਾਰ ਆ ਇਹ ਵੀਹਵੇਂ ਸਵੇ ਗਿਣਤੀਆਂ ਮਿਣਤੀਆਂ 'ਚ ਫਸਿਆ ਆ। ਜਿਹੜੇ ਗੁਰਮੁਖ ਹਕੀਮੇ ਨੇ ਕਿ ਈਸ਼ਰ ਵਿਖੇ ਚੜਾਓ, ਇਹਦੇ 'ਚ ਤਰੱਕੀ ਕਰਦੇ, ਉੱਨਤੀ ਕਰਦੇ, ਇਸ ਕਰਕੇ ਸਦਾ ਸੁਹਾਗ, ਉਹਨਾਂ ਨੂੰ ਸਦਾ ਜੀਵਨ ਮੁਕਤ ਦਾ ਆਨੰਦ ਜਿਹੜਾ ਲੈਂਦੇ ਰਹਿੰਦੇ ਆ। ਉਹਨਾਂ ਮਿਲਾਪ ਬਣਿਆ ਰਹਿੰਦਾ, ਟੁੱਟਦਾ ਨਹੀਂ ਕਦੀ ਵੀ। ਅਤੇ ਸੰਸਾਰ ਦਾ ਤਰਾਹ ਚੜਾਇਆ, ਮਤਲਬ ਹੋਵੇ ਤਾਂ ਗੇੜੇ ਕੱਢਣੇ, ਨਾ ਮਤਲਬ ਹੋਵੇ ਤਾਂ ਕੋਲ ਬੈਠਾ ਨਹੀਂ ਗਿਆ। ਪਰ ਉਹ ਜਿਹੜੇ ਗੁਰਮੁਖ ਹੈ ਉਹਨਾਂ ਦੇ ਅੰਦਰ ਸੱਚੀ ਪ੍ਰੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।